ਐਂਡ ਮੈਨੂੰ ਇਹ ਵੀ ਲੱਗਦਾ ਹੁੰਦਾ ਸੀ ਕਿ ਸ਼ਾਇਦ ਮੇਰਾ ਫੇਸ ਜਿਹੜਾ ਆ ਉਹ ਫੈਸ਼ਨ ਮਾਡਲ ਦੀ ਤਰ੍ਹਾਂ ਨਹੀਂ ਹੈ, ਮੈਨੂੰ ਇਹ ਲੱਗਦਾ ਹੁੰਦਾ ਸੀ। ਬਟ ਆਈ ਥਿੰਕ ਰੱਬ ਦੀ ਇਹੀ ਰਜ਼ਾ ਸੀ ਕਿ ਮੈਂ ਐਕਟਰ ਬਣਾ, ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਐਕਟਰ ਹਾਂ ਕਿਉਂਕਿ ਮੈਂ ਮਿਸ ਇੰਡੀਆ ਬਣਾ, ਅਤੇ ਉਹ ਨਹੀਂ ਪੂਰਾ ਹੋ ਪਾਇਆ। ਬਟ ਜਦੋਂ ਵੀ ਮੈਂ ਹੁਣ ਡਰਾਮ 'ਤੇ ਵਾਕ ਕਰਦੀ ਹਾਂ ਮੈਨੂੰ ਉਹਦੇ ਵੀ ਯਾਦ ਆਉਂਦਾ ਕਿ ਜਦੋਂ ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਬਿਲਕੁਲ ਠੀਕ ਹਾਂ, ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਇੱਥੇ ਦੇਖ ਕੇ। ਥੈਂਕ ਯੂ ਸੋ ਮਚ ਫੋਰ ਕਮਿੰਗ, ਆਈ ਨੋ ਲੇਟ ਹੋ ਗਿਆ ਬਟ ਸਟਿਲ। ਅਤੇ ਪਹਿਲੀ ਵਾਰ ਮੈਂ ਵਾਕ 'ਤੇ ਰੈਂਪ ਕੀਤਾ ਫੋਰ ਬਲੈਂਡਰਸ ਪ੍ਰਾਈਡ ਫੈਸ਼ਨ ਨਾਈਟ, ਮੇਰੇ ਲਈ ਬਹੁਤ ਮਾਣ। ਆਈ ਐਮ ਵੈਰੀ ਹੈਪੀ, ਵੈਰੀ ਪ੍ਰਾਊਡ ਟੂ ਬੀ ਅ ਪਾਰਟ ਆਫ ਦਿਸ। ਅਤੇ ਕਲੈਕਸ਼ਨ ਪਾ ਕੇ ਮੈਂ ਵਾਕ ਕੀਤਾ, ਉਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੈਲੀ ਨੂੰ ਪਹਿਲੀ ਵਾਰ ਮਿਲ ਰਹੀ ਹਾਂ ਔਰ ਪਹਿਲੀ ਵਾਰੀ ਮੈਂ ਮਿਊਜ਼ਿਕ ਸੁਣਿਆ ਪਹਿਲਾਂ, ਬਟ ਪਹਿਲੀ ਵਾਰੀ ਸਾਡੀ ਇਨ ਪਰਸਨ ਮੁਲਾਕਾਤ ਹੋਈ। ਸੋ ਥੈਂਕਫੁਲ ਫੋਰ ਦਿਸ ਨਾਈਟ, ਸੋ ਥੈਂਕਫੁਲ ਫੋਰ ਦਿਸ ਓਪਰਚੁਨਿਟੀ, ਅਤੇ ਮੈਨੂੰ ਬਹੁਤ ਮਜ਼ਾ ਆਇਆ। ਅਤੇ ਆਈ ਹੋਪ ਤੁਸੀਂ ਕਲੈਕਸ਼ਨ ਦੇਖਿਆ, ਤੁਹਾਨੂੰ ਬਹੁਤ ਵਧੀਆ ਲੱਗਿਆ ਹੋਣਾ ਆ। ਸੋ ਜੇ ਹੁਣ ਤੁਹਾਡੇ ਸਵਾਲ ਆ ਸੋ ਲੈਟ ਮੀ ਨੋ। ਪਰਸਨਲੀ ਨਹੀਂ ਸੀ ਕੀਤਾ, ਹਾਂਜੀ। ਸੋ ਮੇਰਾ ਵੀ ਪਹਿਲੀ ਵਾਰ ਆ ਕਿ ਮੈਂ ਵਾਕ ਕੀਤਾ ਐਂਡ ਲਾਈਵ ਪਰਫੋਰਮ ਕਰ ਰਹੀ ਸੀ, ਸੋ ਮੈਨੂੰ ਬਹੁਤ ਮਜ਼ਾ ਆਇਆ। ਹਾਲੇ ਪਤਾ ਅੰਦਰ ਜਾ ਰਿਹਾ ਆ, ਜਿੰਨਾ ਚਿਰ ਤੱਕ ਸਮਝ ਆਇਆ ਕੀ ਹੋ ਰਿਹਾ, ਮੈਂ ਤਾਂ ਇੰਜੋਏ ਕਰ ਰਹੀ ਸੀ, ਉਨੇ ਚਿਰ ਨੂੰ ਪਤਾ ਲੱਗਿਆ ਅੱਛਾ ਜੀ ਹੁਣ ਤਾਂ ਖਤਮ ਹੋ ਗਿਆ, ਬਟ ਬਹੁਤ ਮਜ਼ਾ ਆਇਆ। ਥੈਂਕ ਯੂ। ਐਕਚੁਲੀ ਮੈਨੂੰ ਕਦੇ ਮੈਂ ਇੱਦਾਂ ਸੋਚਿਆ ਨਹੀਂ। ਆਈ ਥੋਟ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਸੀ ਦੈਟ ਆਈ ਐਮ ਨੋਟ ਟੋਲ ਇਨਫ ਫੋਰ ਰਨਵੇ, ਐਂਡ ਮੈਨੂੰ ਇਹ ਵੀ ਲੱਗਦਾ ਹੁੰਦਾ ਸੀ ਕਿ ਸ਼ਾਇਦ ਮੇਰਾ ਫੇਸ ਜਿਹੜਾ ਆ ਉਹ ਫੈਸ਼ਨ ਮਾਡਲ ਦੀ ਤਰ੍ਹਾਂ ਨਹੀਂ ਆ, ਮੈਨੂੰ ਇਹ ਲੱਗਦਾ ਹੁੰਦਾ ਸੀ। ਬਟ ਆਈ ਥਿੰਕ ਰੱਬ ਦੀ ਇਹੀ ਰਜ਼ਾ ਸੀ ਕਿ ਮੈਂ ਐਕਟਰ ਬਣਾ, ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਐਕਟਰ ਹਾਂ, ਔਰ ਉਹੀ ਮੈਨੂੰ ਸਭ ਤੋਂ ਵਧੀਆ ਲੱਗਦਾ। ਬਟ ਦੇਖੋ ਐਕਟਰ ਹੋਣ ਦੇ ਕਿੰਨੇ ਫਾਇਦੇ ਆ ਕਿ ਤੁਸੀਂ ਮਾਡਲਿੰਗ ਵੀ ਕਰ ਸਕਦੇ ਹੋ ਕਦੇ ਕਦੇ। ਸੋ ਆਈ ਫੀਲ ਵੈਰੀ ਹੈਪੀ, ਵੈਰੀ ਬਲੈਸਡ, ਔਰ ਸਭ ਤੋਂ ਮੈਨੂੰ ਵਧੀਆ ਗੱਲ ਇਹ ਲੱਗੀ ਆ ਕਿ ਅੱਜ ਮੈਂ ਚੰਡੀਗੜ੍ਹ 'ਚ ਰੈਂਪ ਵਾਕ ਪਹਿਲੀ ਵਾਰੀ ਕੀਤੀ ਆ, ਅਤੇ ਬਲੈਂਡਰਸ ਪ੍ਰਾਈਡ ਯੂ ਨੋ ਦੇ ਮੇਡ ਦੈਟ ਹੈਪਨ, ਅਤੇ ਇਹਦੇ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਹਾਨੂੰ ਮਿਲਦੀ ਰਹਿੰਦੀ ਹੈ ਫਿਲਮਾਂ ਦੇ ਚੱਕਰ 'ਚ, ਫਿਲਮਾਂ ਦੀ ਪ੍ਰਮੋਸ਼ਨਸ ਦੇ ਦੌਰਾਨ। ਬਟ ਅੱਜ ਬਲੈਂਡਰਸ ਪ੍ਰਾਈਡ ਫੈਸ਼ਨ ਨਾਈਟਸ ਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ, ਦੁਬਾਰਾ ਮਿਲੇ ਹਾਂ। ਸੋ ਵੈਰੀ ਵੈਰੀ ਥੈਂਕਫੁਲ ਫੋਰ ਦਿਸ। ਮੈਂ ਜ਼ਿਆਦਾ ਫੈਸ਼ਨ ਫੋਲੋ ਨਹੀਂ ਕਰਦੀ, ਬਟ ਆਈ ਥਿੰਕ ਅੱਜ ਕੱਲ੍ਹ ਸਾਰਿਆਂ ਦੇ ਕਾਫੀ ਫੇਵਰੇਟ ਨੇ, ਬੈਲਾ ਹਦੀਦ, ਜੀ ਜੀ ਹਦੀਦ, ਸੋ ਮੈਂ ਵੀ ਉਹਨਾਂ ਨੂੰ ਦੇਖਦੀ ਹਾਂ, ਮੈਨੂੰ ਵਧੀਆ ਲੱਗਦਾ ਉਹਨਾਂ ਦਾ ਕੰਮ। ਹਾਂਜੀ ਹਾਏ, ਬਹੁਤ ਵਧੀਆ। ਹਾਂਜੀ ਹਾਂਜੀ, ਵੈਸੇ ਮੈਂ ਪੂਰਾ ਇਹ ਜੋ ਡਿਸੀਜਨ ਸੀਗਾ ਸਿਧਾਰਥ ਦੇ ਉੱਪਰ ਛੱਡਿਆ ਸੀ, ਕਿਉਂਕਿ ਮੈਨੂੰ ਜੋ ਵੀ ਚੂਜ਼ ਕਰਨਗੇ ਉਹ ਬੈਸਟ ਹੋਊਗਾ, ਅਤੇ ਮੈਂ ਬਹੁਤ ਕਿ ਉਹਨਾਂ ਨੇ ਮੇਰੇ ਲਈ ਆਊਟਫਿਟ ਚੂਜ਼ ਕੀਤਾ, ਔਰ ਮੈਨੂੰ ਟ੍ਰੈਡੀਸ਼ਨਲ ਕੱਪੜੇ ਪਾਉਣਾ ਬਹੁਤ ਪਸੰਦ ਆ, ਪਰਫੈਕਟ ਮਿਕਸ ਆ ਟ੍ਰੈਡੀਸ਼ਨਲ ਅਤੇ ਮਾਡਰਨ ਦਾ, ਤਾਂ ਮੈਨੂੰ ਜ਼ਿਆਦਾ ਕੁਛ ਪੁੱਛਣ ਦੀ ਸੋਚਣ ਦੀ ਲੋੜ ਨਹੀਂ ਪਈ, ਇਹਨਾਂ ਨੇ ਬਿਲਕੁਲ ਪਰਫੈਕਟ ਆਊਟਫਿਟ ਰੱਖਿਆ ਸੀਗਾ ਮੇਰੇ ਲਈ, ਐਂਡ ਆਈ ਹੋਪ ਯੂ ਲਾਈਕ ਇਟ। ਡੈਫੀਨੇਟਲੀ ਆਈ ਥਿੰਕ ਮੇਰੇ ਕਰੀਅਰ ਦੀ ਸ਼ੁਰੂਆਤ 'ਚ ਛੋਟੀ ਸੀਗੀ ਕਿ ਵੱਡੀ ਹੋਈ ਆ, ਰੀਚ ਸੀ ਕਿ ਮੈਂ ਮਿਸ ਇੰਡੀਆ ਬਣਾ, ਅਤੇ ਉਹ ਨਹੀਂ ਪੂਰਾ ਹੋ ਪਾਇਆ। ਬਟ ਜਦੋਂ ਵੀ ਮੈਂ ਹੁਣ ਰੈਂਪ 'ਤੇ ਵਾਕ ਕਰਦੀ ਹਾਂ ਮੈਨੂੰ ਉਹਦੇ ਯਾਦ ਆਉਂਦਾ ਕਿ ਜਦੋਂ ਮੈਂ ਦੂਸਰੀ ਮਿਸ ਇੰਡੀਆਜ਼ ਨੂੰ ਰੈਂਪ 'ਤੇ ਵਾਕ ਕਰਦੇ ਦੇਖਦੀ ਹੁੰਦੀ ਸੀ। ਸੋ ਡੈਫੀਨੇਟਲੀ ਉਹ ਸਭ ਮੇਰੇ ਦਿਮਾਗ 'ਚ ਦਿਲ 'ਚ ਦੁਬਾਰਾ ਯਾਦ ਆਉਂਦਾ। ਨਹੀਂ ਮੈਂ ਸਾਰੇ ਟਾਈਮ ਨਹੀਂ ਕਰਦੀ, ਮੈਂ ਆਪਣੀ ਪ੍ਰੈਫਰੈਂਸ ਜ਼ਰੂਰ ਦੱਸਦੀ ਹਾਂ, ਲੇਕਿਨ ਇਹ 'ਚ ਮੈਂ ਜਿੱਦਾਂ ਪਹਿਲਾਂ ਕਿਹਾ ਆਈ ਰੀਲੀ ਹਾਰਟ ਇਨ ਹਿਸ ਵਿਜ਼ਨ, ਅਤੇ ਉਹਨਾਂ ਨੇ ਜੋ ਵੀ ਮੈਨੂੰ ਪਤਾ ਸੀ ਉਹਨਾਂ ਨੇ ਜੋ ਵੀ ਚੂਜ਼ ਕੀਤਾ ਹੋਣਾ ਵਧੀਆ। ਸੋ ਮੈਂ ਪਹਿਲਾਂ ਦੇਖਿਆ ਵੀ ਨਹੀਂ ਸੀ, ਮੈਂ ਫਿਰ ਕੀ ਪਾ ਰਹੀ ਹਾਂ, ਉਹਨਾਂ ਨੇ ਦਿਖਾਇਆ ਪਿਕਚਰਸ, ਆਈ ਲਵਡ ਇਟ। ਥੈਂਕ ਯੂ ਸੋ ਮਚ।
Thank you so much. Thank you. I have one question for Siddharth and it's amazing meeting for the first time and hearing his music. It really ramped up the stage and put up all the energy. I try to put it through clothes and he tried to put it through the entire vibe in his music. So bahut hi hanji agle round shows No, आज का हो गया बस आज हम हाँ जी नहीं 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 हो गया हाँ जी एनर्जी तो पंजाबियों में कूट कूट के भरी होती है ना यह मैन पंजाबी माड़ी मोटी आती है तो सिटी ब्यूटीफुल ब्लेंडर्स क्वाइट फैशन नाइट विद द मोस्ट ब्यूटीफुल गर्ल राइट है And the most colorful designer right here. Yeah, man, with Melody. So Blender's Pride, Fashion Night. Yeah, full on. Thank you. Bro. ਜਿਹਦਾ ਅੱਜ ਤੱਕ ਲੌਜਿਕ ਸ਼ਾਇਦ ਹਰ ਗਾਈਡ ਆਪਣੇ ਬਹੁਤ ਵਧੀ ਹੈ what Sonam said ki apna confidence wear karo outfit doesn't matter I mean aap jo bhi pehne confidence se pehnenge that's the you'll look more beautiful smile you should wear smile thank you.